₹250 ਰੇਟ ਕਰਤਾ ਜੀ, ਆਈ 12 ਦਾ ਲੈ ਜਾਓ, ਲੁੱਟ ਲਓ ਮੇਲਾ। ਜਿਵੇਂ ਕਿ ਆਹ ਫੋਨ ਦੇਖੋ ਜੀ, ਮਾਰਕੀਟ ਦੇ ਵਿੱਚ ਮਾਲ ਨਹੀਂ ਆ ਰਿਹਾ ਜੀ ਬਾਈ ਜੀ। ਇਹ ਫੋਨ ਦਾ ਨਾਮ ਮੂਸੇ ਵਾਲੇ ਦੇ ਨਾਮ ਤੋਂ ਮਸ਼ਹੂਰ ਹੈ ਇਹ ਫੋਨ। ਲੋਕ ਤਾਂ ਲੈ ਕੇ ਆਉਂਦੇ ਨੇ ਦਿੱਲੀਓ ਸਮਾਨ ਜੀ, ਮੈਂ ਦਿੱਲੀ ERD ਕੰਪਨੀ ਦਾ ਮਾਲ ਭੇਜਦਾ ਜੀ। ਦੇਖੋ ਠੀਕ ਹੈ, ERD ਦਾ ਮਾਲ ਮੈਂ ਦਿੱਲੀ ਭੇਜਦਾ ਜੀ ਵੇਚਣ ਵਾਸਤੇ। ਮਾਰਕੀਟ ਦੇ ਵਿੱਚ ਰੁਪਏ ਦਾ ਵੇਚ ਦਿੰਦੇ ਜੀ, ₹700 ਇਹ ਇੱਕ ਗਾਹਕ ਤੋਂ ਕਮਾਉਂਦੇ ਨੇ ਜੀ, ਲਾ ਲਓ ਹਿਸਾਬ ਤੁਸੀਂ। ਸਾਡੇ ਕੋਲੇ ਬੰਬੇ ਤੋਂ ਲੋਟ ਆਉਂਦੇ ਨੇ ਕਵਰਾਂ ਦੇ ਬੰਦ ਡੱਬੇ, ₹350 ਦਾ ਕਵਰ ਹੈ ਜੀ ਆਨਲਾਈਨ, ₹1350 ਦਾ ਕਵਰ ਹੈ ਜੀ, ₹1500 ਮੇਰੇ ਕਨੀ ਲੈਸ ਸੁਣ ਕੋ ਆਈਫੋਨ ਦਾ ਸਟਾਰ ਵਰਕ ਕਵਰ ਮਸ਼ਹੂਰ ਕੀਤਾ ਲੋਕਾਂ ਨੇ, ਜਿਹੜਾ ਮਿਲਦਾ ₹200 ਦਾ, ਓਨਲੀ ₹100 ਦਾ ਕਵਰ ਹੈ ਜੀ ਆਪਣੇ ਕੋਲੇ। ਆਪਣਾ ਬਾਈ ਜੀ 3 ਦਿਨ ਛੱਡ ਕੇ ਦਿੱਲੀ ਦਾ ਗੇੜਾ ਪੱਕਾ ਹੈ ਹੀ ਹੈ। ਜੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਇਹ ਕੁੜੀਆਂ ਵਾਲਾ ਕਵਰ ਜਿਵੇਂ ਸੇਮ ਮਿਲਦਾ ਕਿਸੇ ਪਾਸਿਓਂ ਤਾਂ ਬਿਲਕੁਲ ਫ੍ਰੀ ਹੈ ਜੀ। ਡਾਟਾ ਕੇਵਲ ਆਪਣੇ ਕੋਲੇ ₹30 ਤੋਂ ਸ਼ੁਰੂ ਹੋ ਕੇ ₹500 ਤੱਕ ਪਈਆ ਬਾਈ ਜੀ। ₹30 ਦਾ ਹੈਡਫੋਨ ਜੀ ਬਾਜ਼ਾਰ ਦੇ ਵਿੱਚ ₹80 ਦਾ ਮਿਲਦਾ। ਲਓ ਵੀ ਦੋਸਤੋ, ਮੋਬਾਈਲਾਂ ਦਾ ਯੁੱਗ ਆ, ਸਭ ਨੂੰ ਲੋੜ ਹੁੰਦੀ ਹੈ ਮੋਬਾਈਲਾਂ ਦੇ ਸਮਾਨ ਦੀ, ਮੋਬਾਈਲ ਦੀ ਅਸੈਸਰੀ ਦੀ। ਤੇ ਤੁਹਾਡੇ ਲਈ ਮੈਂ ਲੈ ਕੇ ਆਇਆ ਪੰਜਾਬ ਦੀ ਸਭ ਤੋਂ ਮਸ਼ਹੂਰ ਤੇ ਪੁਰਾਣੀ ਦੁਕਾਨ ਤਰੁਣ ਟੈਲੀਕੋਮ। ਧਨੌਲੇ ਦੇ ਅੱਡੇ ਤੇ ਖੜਾਂਗੇ ਆਪਾਂ, ਜਮਾਂ ਸਾਹਮਣੇ ਇੱਥੋਂ ਤੁਸੀਂ ਆ ਸਕਦੇ ਹੋਗੇ। ਇਹ ਹੈ ਸ਼ਹਿਰ ਦੀ ਸਭ ਤੋਂ ਮਸ਼ਹੂਰ ਦੁਕਾਨ, ਅੰਦਰ ਜਾ ਕੇ ਵਰਾਇਟੀ ਤੁਹਾਨੂੰ ਸਾਰੀ ਦਿਖਾਉਂਦੇ ਹਾਂਗੇ। ਬਾਈ ਦੇ ਕੋਲ ਪਹੁੰਚ ਗਏ ਬਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਹੋ ਠੀਕ ਹੋ? ਪੂਰਾ ਵਧੀਆ ਜੀ, ਪੂਰਾ। ਆਪਣੇ ਕੋਲ ਕਿੰਨੀ ਕੁ ਵਰਾਇਟੀ ਹੈਗੀ, ਪਹਿਲਾਂ ਗੱਲਬਾਤ ਕਰੀਏ। ਬਾਈ ਜੀ, ਤੁਹਾਨੂੰ ਵਰਾਇਟੀ ਬਹੁਤ ਜ਼ਿਆਦਾ ਮਿਲਣ ਵਾਲੀ ਹੈ। ਸਭ ਨਾਲੋਂ ਪੰਜਾਬ ਦੇ ਵਿੱਚੋਂ ਸਭ ਨਾਲੋਂ ਪਹਿਲਾ ਹੋਲਸੇਲ ਦਾ ਕੰਮ ਆਪਾਂ ਕੀਤਾ ਸੀਗਾ ਜੀ, ₹20 ਦਾ ਮੋਬਾਈਲ ਗਲਾਸ। ਜਿਵੇਂ ਕਿ ਗਲਾਸ ਦੇ ਵਿੱਚ ਆਪਣੇ ਕੋਲ ਘੱਟੋ ਘੱਟ ਤੁਹਾਨੂੰ ਜੀ 33 ਤਰ੍ਹਾਂ ਦੇ ਗਲਾਸ ਮਿਲ ਜਾਣਗੇ ਬਾਈ ਜੀ। ਦੇਖੋ, ਠੀਕ ਹੈ, ਪਹਿਲਾਂ ਵੀ ਬਹੁਤ ਵੀਡੀਓ ਪਾਈਆਂ ਨੇ ਆਪਾਂ, ਮਤਲਬ ਕਿ ਜਿਹੜਾ ਰੇਟ ਤੁਹਾਨੂੰ ਦੱਸਿਆ ਜਾਊਗਾ ਉਹ ਸਾਡੇ ਲਵੇ ਮਿਲੂਗਾ, ਐਂ ਨਹੀਂ ਹੈਗਾ ਵੀ ਨਹੀਂ ਮਿਲੂਗਾ ਜੀ। ਠੀਕ ਹੈ, ਕੋਈ ਕੁਆਲਿਟੀ ਤਾਂ ਨਹੀਂ ਮਾੜੀ ਹੋਊਗੀ ਬਾਈ ਜੀ? ਕੋਈ ਕੁਆਲਿਟੀ ਨਹੀਂ ਮਾੜੀ ਹੋਊਗੀ ਜੀ। ਗਲਾਸ ਦੇਖੋ, ₹20 ਦਾ ਗਲਾਸ ਹੈ ਜੀ। ਕਿੰਨੇ ਤੱਕ ਨੇ ਬਾਈ ਜੀ? 20 ਤੋਂ ਸ਼ੁਰੂ ਹੋ ਕੇ ਕੋਈ 50 ਦਾ, ਕੋਈ 100 ਦਾ, 200 ਦਾ, 300 ਦਾ, 400 ਦਾ, 450 ਦਾ। ਆਈਫੋਨ ਦੇ ਵਿੱਚ ਕਵਰ ਗਲਾਸ, ਮਤਲਬ ਕਿ ਵਰਾਇਟੀ ਬਹੁਤ ਹੀ ਜ਼ਿਆਦਾ ਹੋਣ ਵਾਲੀ ਆ, ਤੁਹਾਨੂੰ ਦਿਖਾ ਨਹੀਂ ਸਕਦਾ ਮੈਂ, ਬਹੁਤ ਜ਼ਿਆਦਾ ਵਰਾਇਟੀ ਹੈ ਜੀ। ਠੀਕ ਹੈ, ਉਸ ਤੋਂ ਬਾਅਦ ਆ ਜਾਂਦੇ ਆਪਾਂ ਏਅਰਪੋਰਟ 'ਤੇ ਜੀ। ਏਅਰਪੋਰਟ 'ਤੇ ਲੋਕਾਂ ਲਈ ਕੱਢਤੀ ਸਕੀਮ ਜੀ, ₹2000 ਪਿਆ ਆਈ 12 ਦਾ। ਠੀਕ ਹੈ, ਸਿਰਫ ਕਰਤਾ ਲੋਕਾਂ ਵਾਸਤੇ ₹250 ਰੇਟ ਕਰਤਾ ਜੀ, ਆਈ 12 ਦਾ ਲੈ ਜਾਓ, ਲੁੱਟ ਲਓ ਮੇਲਾ। ₹80 ਦਾ ਹੈਡਫੋਨ ਜੀ ਬਾਜ਼ਾਰ ਦੇ ਵਿੱਚ ₹80 ਦਾ ਮਿਲਦਾ ਜੀ। ਅੱਛਾ, ਹੈਡਫੋਨ ਦੇ ਵਿੱਚ ਤੁਹਾਨੂੰ ਘੱਟੋ ਘੱਟ 200 ਤਰ੍ਹਾਂ ਦਾ ਹੈਡਫੋਨ ਮੈਂ ਤੁਹਾਨੂੰ ਕੁਆਲਿਟੀ ਦਿਖਾ ਸਕਦਾ। ਆ ਮੈਕ ਵਾਲੇ ਹੈਡਫੋਨ ਹੋ ਗਏ ₹50 ਦੇ ਓਨਲੀ ਜੀ। ਠੀਕ ਹੈ, ਉਸ ਤੋਂ ਬਾਅਦ ਦੇਖੋ ਆਹ 30 ਵਾਲੇ ਆ ਗਏ, ਉਸ ਤੋਂ ਬਾਅਦ ਕੇਵਲ ਆਹ ਦੇਖੋ ਜੀ, ਆ ਸਾਰੇ ਹੈਡਫੋਨ ਨੇ ਬਾਈ ਜੀ, ਇਹ ਸਾਰੇ ਅਲੱਗ ਤਰ੍ਹਾਂ ਦੇ। ਹਾਂਜੀ, ਅੱਡ ਤਰ੍ਹਾਂ ਦੇ, ਮਤਲਬ ਕਿ ਘੱਟੋ ਘੱਟ ਆਪਣੇ ਕੋਲੇ 200-250 ਤਰ੍ਹਾਂ ਦੇ ਹੈਡਫੋਨ ਹੋਣਗੇ ਜੀ। ਠੀਕ ਹੈ, ਉਸ ਤੋਂ ਬਾਅਦ ਆ ਜਾਂਦੇ ਆਪਾਂ ਡਾਟਾ ਕੇਬਲ ਦੇ। ਠੀਕ ਹੈ, ਡਾਟਾ ਕੇਬਲ ਆਪਣੇ ਕੋਲੇ ₹30 ਤੋਂ ਸ਼ੁਰੂ ਹੋ ਕੇ ₹500 ਤੱਕ ਪਈ ਆ ਬਾਈ ਜੀ। ਠੀਕ ਹੈ, ਇਹ ₹30 ਦੀ ਡਾਟਾ ਕੇਬਲ ਹੈ, B8 ਧਿਆਨ ਨਾਲ ਦੇਖੋ ਜੀ, ₹30 ਦੀ ਡਾਟਾ ਕੇਬਲ B8 ਦੇਖੋ ਜੀ, ਵਧੀਆ ਚਾਰਜ ਕਰੂਗੀ, ਪੂਰੀ ਵਧੀਆ ਡਾਟਾ ਕੇਬਲ ਹੈ ਜੀ, ਜਿਹੜੇ ਮਰਜ਼ੀ ਮੋਬਾਈਲ ਦੀ, ਜਿਹੜੇ ਮਰਜ਼ੀ ਮੋਬਾਈਲ ਦੀ। B8 ₹30 ਤੋਂ ਸ਼ੁਰੂ ਹੈ, ਟੈਫਸੀ ₹50 ਤੋਂ ਸ਼ੁਰੂ ਹੈ ਜੀ। ਜਿਹੜੀ ਆਈਫੋਨ ਹੈ ਉਹ ₹80 ਤੋਂ ਸ਼ੁਰੂ ਹੈ, ਫੋਕਸਕੋਨ ਦੀ। ਠੀਕ ਹੈ,
ਤੇ ਜਿਹੜੇ ਆ ਫੋਨ ਵਗੈਰਾ ਪਏ ਨੇ ਬਾਈ, ਜਿਵੇਂ 2200 ਰੁਪਏ ਦਾ ਆਨਲਾਈਨ ਹੈ ਜੀ ਫੋਨ। ਇਹ ਫੋਨ ਹੈ? ਹਾਂਜੀ ਹਾਂ ਬਿਲਕੁਲ ਫੋਨ ਆ ਬਾਈ ਜੀ, ਦੇਖੋ ਪੈਨ ਵਾਲਾ ਫੋਨ ਹੈ, ਕੈਮਰਾ ਜਿਹੜੀ ਆ ਫੋਨ ਪਿਆ ਬਾਈ ਜੀ, ਇਹ ਵੀ ਫੋਨ ਹੈ, ਇਹ ਵੀ ਫੋਨ ਹੈ, ਇਹੋ ਜਿਹੀਆਂ ਲੱਖਾਂ ਹੀ ਆਈਟਮਾਂ ਨੇ ਆਪਣੇ ਕੋਲ ਜੀ। ਆਪਣਾ ਬਾਈ ਜੀ 3 ਦਿਨ ਛੱਡ ਕੇ ਦਿੱਲੀ ਦਾ ਗੇੜਾ ਪੱਕਾ ਹੈ ਹੀ ਹੈ, ਹਫ਼ਤੇ 'ਚ 2 ਗੇੜੇ ਦਿੱਲੀ ਆਪਾਂ ਜਾਣਾ ਹੀ ਜਾਣਾ ਹੁੰਦਾ ਜੀ। ਠੀਕ ਹੈ, ਪੱਕਾ ਹੀ ਪੱਕਾ। ਆਪਣਾ ਹੋਲਸੇਲ ਦਾ ਕੰਮ ਹੈ, ERD ਕੰਪਨੀ ਦੇ ਮਾਲ ਵੇਚਦੇ ਆਪਾਂ ਬਹੁਤ ਜ਼ਿਆਦਾ। ਠੀਕ ਹੈ, ਜਿਵੇਂ ਕਿ ਆਹ ਫੋਨ ਦੇਖੋ ਜੀ ਤੁਸੀਂ, ਮਾਰਕੀਟ ਦੇ ਵਿੱਚ ਮਾਲ ਨਹੀਂ ਆ ਰਿਹਾ ਜੀ ਬਾਈ ਜੀ। ਇਹ ਫੋਨ ਦਾ ਨਾਮ ਮੂਸੇ ਵਾਲੇ ਦੇ ਨਾਮ ਤੋਂ ਮਸ਼ਹੂਰ ਹੈ ਇਹ ਫੋਨ। ਅੱਛਾ, ਉਹਨਾਂ ਕੋਲੇ ਹੁੰਦਾ ਸੀ, ਉਹਦੀ ਫਸਟ ਕਾਪੀ ਆਈ ਹੈ ਜੀ ਮਾਰਕੀਟ ਦੇ ਵਿੱਚ। ਕੀ ਬਾਤ ਹੈ ਬਾਈ ਜੀ, ਪੈਸਿਆਂ ਦੀ ਤਾਂ ਗੱਲ ਛੱਡ ਦਿਓ, ਮਿਲਦਾ ਹੀ ਨਹੀਂ ਜੀ ਫੋਨ, ਇਹ ਮਿਲਦਾ ਵੀ ਨਹੀਂ, ਮਿਲਦਾ ਹੀ ਨਹੀਂ ਬਾਈ ਜੀ ਮਾਰਕੀਟ ਦੇ ਵਿੱਚ। ਲੈ ਬਈ, ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੇ ਦਾਂਗੇ। ਜਿਵੇਂ ਹੁਣ ਤੁਸੀਂ ਏਅਰਪੋਰਟ ਦੇ ਵਿੱਚ ਦੇਖੋ ਬਾਈ ਜੀ, ਕਿੰਨੀਆਂ ਵਰਾਇਟੀਆਂ ਨੇ? 250, 250, ਉਸ ਤੋਂ ਬਾਅਦ 1000, 1500, 2000, 800, ਬਹੁਤ ਹੀ ਏਅਰਪੋਰਟ ਨੇ ਬਾਈ ਜੀ। ਆਹ ਦਿਖਾਓ ਏਅਰਪੋਰਟ ਪਿੱਛੇ ਮਾੜਾ ਜਿਹਾ, ਵੀ ਜਿੰਨੇ ਅਗਲੇ ਦੇ ਜੇਬ 'ਚ ਰੁਪਈਏ ਭਾਰ ਚਾਹੁੰਦੇ ਨੇ, ਬਸ 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 ਉਵੇਂ ਬਾਈ ਜੀ 250 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਆਪਣੇ ਕੋਲ ਏਅਰਪੋਰਟ ਪਿਆ ਜੀ। ਪਿੱਛੇ ਮਾੜੀ ਜੀ ਨਿਗਾਹ ਮਰਵਾ ਦਿਓ, ਜਿਵੇਂ ਕਿ ਆਹ ਕੰਪਨੀਆਂ ਦੇ ਆ ਗਏ, ਆਹ ਦੇਖੋ ਆਹ ਰਿਵੈਰਾ ਕੰਪਨੀ ਦਾ ਆ ਗਿਆ ਏਅਰਪੋਰਟ, ਉਸ ਤੋਂ ਬਾਅਦ ERD ਦੇ ਗਰੰਟੀ ਦੇ ਵਿੱਚ ਏਅਰਪੋਰਟ ਆਉਂਦੇ ਨੇ। ਆਹ ਦੇਖੋ 6 ਮਹੀਨੇ ਦੀ ਗਰੰਟੀ 'ਚ ਪੂਰੇ ਬ੍ਰਾਂਡ, ਵੀ ਜ਼ਬਰਦਸਤ ਕੁਆਲਿਟੀ ਵੋਚ ਆ ਗਈ, ਜਿਵੇਂ ਸਮਾਰਟ ਵੋਚ, ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਸਮਾਰਟ ਵੋਚ। ਉਸ ਤੋਂ ਬਾਅਦ ਕਵਰਾਂ ਤੇ ਆ ਜਾਓ, ਕਵਰਾਂ ਤੇ ਆ ਬਾਈ, ਸਾਰੇ ਮੋਬਾਈਲਾਂ ਦੇ ਮਿਲ ਜਾਣਗੇ ਵੀਰੇ, ਸਾਰੇ ਮੋਬਾਈਲਾਂ ਦੇ ਆਈਫੋਨ ਦੇ ਵਿੱਚ ਤੁਹਾਨੂੰ ਇੰਨੀ ਕੁ ਵੈਰਾਇਟੀ ਦੇ ਦਾਂਗੇ ਜੀ। ਲੇਡੀ ਜੈਂਟਸ ਮਿਲ ਜਾਣਗੇ ਬਾਈ ਜੀ, ਸਾਰੇ ਜਿਹੜੇ ਕਹੋਗੇ ਉਹ ਕਵਰ ਦੇ ਦਾਂਗੇ ਜੀ। ਠੀਕ ਹੈ, ਹੁਣ ਤੁਸੀਂ ਕਵਰ ਤੇ ਹੀ ਆ ਜਾਓ ਜੀ। ਲੋ ਲੈ ਬਈ, ਦੇਖੋ ਮਾੜਾ ਜਿਹਾ ਸਾਈਡ ਤੇ ਕਰ ਦੀ ਜੀ ਬਾਈ ਜੀ, ਦੇਖੋ ਆਈਫੋਨ ਦਾ ਸਟਾਰ ਵਰਕ ਕਵਰ ਮਸ਼ਹੂਰ ਕੀਤਾ ਲੋਕਾਂ ਨੇ, ਜਿਹੜਾ ਮਿਲਦਾ 200-200 ਰੁਪਏ ਦਾ, ਓਨਲੀ 100 ਰੁਪਏ ਦਾ ਕਵਰ ਹੈ ਜੀ ਆਪਣੇ ਕੋਲੇ। ਆ ਫਲਫੀ ਕਵਰ ਓਨਲੀ 100 ਰੁਪਏ ਦਾ ਜੀ, ਜਿੰਨਾ ਮਰਜ਼ੀ ਲੈ ਜਾਓ। ਆਈਫੋਨ ਦੇ ਵਿੱਚ ਮਾਲ ਵਰਾਇਟੀ ਤੁਹਾਨੂੰ ਇੰਨੀ ਕੁ ਮਿਲਣ ਵਾਲੀ ਹੈ, ਮਤਲਬ ਕਿ ਵਰਾਇਟੀ ਦਾ ਕੋਈ ਘਾਟਾ ਨਹੀਂ ਜੀ। ਇਹ ਕਿੰਨੇ ਰੁਪਈਆਂ ਤੱਕ ਆਪਾਂ ਨੂੰ ਮਿਲ ਜਾਣਗੇ ਬਾਈ ਜੀ? 100 ਰੁਪਏ ਤੋਂ ਲੈ ਕੇ 80 ਰੁਪਏ ਦਾ ਵੀ ਕਵਰ ਹੈ ਆਪਣੇ ਕੋਲੇ, 12-13 ਰੁਪਏ ਤੱਕ ਕਵਰ ਆਈਫੋਨ ਦਾ ਪਿਆ ਜੀ। ਕੀ ਬਾਤ ਹੈ ਬਾਈ, ਆਪਣੇ ਕੋਲੇ ਇੱਕ ਮਾਡਲ ਦੇ ਵਿੱਚ 200 ਪੀਸ ਆਈਫੋਨ ਦਾ ਕਵਰ ਮਿਲੂਗਾ ਜੀ ਤੁਹਾਨੂੰ। ਆ ਕੀ ਖੇਡਾਂ ਆਈਆਂ ਨੇ ਬਾਈ? ਇਹ ਬਾਈ ਕੁੜੀਆਂ ਵਾਲੇ ਕਵਰ ਨੇ ਆਈਫੋਨ ਦੇ, ਐਂਡਰਾਇਡ ਦੇ। ਹੁਣ ਦੇਖੋ ਜੀ, ਜੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਇਹ ਕੁੜੀਆਂ ਵਾਲਾ ਕਵਰ ਜਿਵੇਂ ਸੇਮ ਮਿਲਦਾ ਕਿਸੇ ਪਾਸਿਓ ਤਾਂ ਬਿਲਕੁਲ ਫ੍ਰੀ ਹੈ ਜੀ। ਲੈ, ਬਰਨਾਲੇ ਜ਼ਿਲ੍ਹੇ ਦੇ ਵਿੱਚ ਕਿਸੇ ਦੁਕਾਨ ਤੇ ਇਹਦੇ ਨਾਲ ਦਾ ਕਵਰ ਹੋਵੇ ਤਾਂ ਬਿਲਕੁਲ ਫ੍ਰੀ ਹੈ ਜੀ। ਇੱਕ ਵਾਰੀ ਸਕਰੀਨਸ਼ਾਟ ਦਿਖਾ ਕੇ ਬਿਲਕੁਲ ਫ੍ਰੀ ਕਵਰ ਲੈ ਕੇ ਜਾ ਸਕਦੇ ਹੋ। ਦੇਖੋ ਜਿਵੇਂ ਬਾਣੀਆਂ ਘੈਂਟ ਨੇ, ਆ ਪੋਕਿਟ ਵਾਲਾ ਆ ਗਿਆ ਜੀ, ਗਰਲਿਸ਼ ਕਵਰ ਦੇਖੋ, ਇਹਦੇ ਪਿੱਛੇ ਪੋਕਿਟ ਲੱਗੀ ਹੋਈ ਹੈ ਜੀ। ਆ ਸੰਗਲੀ ਵਾਲਾ ਆ ਗਿਆ, ਕਵਰ ਕਿੰਨੇ ਦਾ? ਓਨਲੀ 100 ਰੁਪਏ ਦਾ ਜੀ। ਆ ਨਵੀਂ ਆਈਟਮ ਆਈ ਹੈ ਜੀ ਗਰਲਿਸ਼ ਕਵਰ ਚ, ਇਹ ਜ਼ਿਆਦਾ ਮਹਿੰਗਾ ਹੋਊ ਬਾਈ ਜੀ, ਸਿਰਫ 150 ਰੁਪਏ ਦਾ, ਬਸ 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 ਸਿਰਫ 150 ਰੁਪਏ ਦਾ ਬਾਈ ਜੀ। ਠੀਕ ਹੈ, ਜਿਵੇਂ ਹੁਣ ਆਹ ਚੱਲੀ ਹੈ ਜੀ ਨਵੀਂ ਆਈਟਮ, ਆਈਫੋਨ ਚ ਪਹਿਲਾਂ ਚੱਲਦੀ ਹੁੰਦੀ ਸੀ ਇਹ, 450-500 ਦੀ ਆਈਟਮ ਚੱਲਦੀ ਹੁੰਦੀ ਸੀ, ਸਿਰਫ 250 ਰੁਪਏ ਦੀ ਆਈਟਮ ਬਾਈ ਜੀ ਐਂਡਰਾਇਡ ਫੋਨ ਦੇ ਵਿੱਚ। ਠੀਕ ਹੈ, ਓਪੋ ਵੀਵੋ ਦੇ ਵਿੱਚ ਜਿੰਨਾ ਮਰਜ਼ੀ ਮਾਲ ਲੈ ਜਾਓ, ਦੇਖੋ ਸਿਰਫ 250 ਰੁਪਏ ਦੇ ਵਿੱਚ ਬਾਈ ਜੀ। ਕਵਰ ਦੇ ਵਿੱਚ ਵਰਾਇਟੀ ਬਹੁਤ ਹੀ ਜ਼ਿਆਦਾ ਹੋਣ ਵਾਲੀ ਹੈ, ਮੈਂ ਤੁਹਾਨੂੰ ਦਿਖਾ ਨਹੀਂ ਸਕਦਾ, ਮਤਲਬ ਕਿ ਇੰਨਾ ਕੁ ਜ਼ਿਆਦਾ ਵਰਾਇਟੀ ਹੈ। ਆਹ ਦੇਖੋ ਬਾਈ, ਅਸਲ ਵਿੱਚ ਨਾ ਪੂਰੀ ਦੁਕਾਨ ਭਰੀ ਪਈ ਹੈ, ਇੱਥੋਂ ਸ਼ੁਰੂ ਹੋ ਜਾਂਦੇ ਨੇ ਇਹ, ਉਹ ਉੱਧਰ ਤੱਕ ਦੇਖ ਲਓ, ਬਾਹਰ ਤੱਕ ਬਾਈ ਜੀ, ਕਵਰ ਹੀ ਕਵਰ ਹੈ ਜਿੱਥੇ ਤੱਕ ਨਿਗਾਹ ਜਾਂਦੀ। ਆਹ ਦੇਖੋ ਜੀ ਗੁੱਤਾਂ ਵਾਲਾ ਕਵਰ, ਇਹ ਮਸ਼ਹੂਰ ਆਈਫੋਨ ਦੇ ਵਿੱਚ ਮਸ਼ਹੂਰ ਹੈ ਜੀ, ਇਹ ਵੀ ਕੁੜੀਆਂ ਵਾਲਾ, ਇਹ ਵੀ ਕੁੜੀਆਂ ਵਾਲਾ ਜੀ। ਓਨਲੀ 350 ਰੁਪਏ ਦਾ ਕਵਰ ਹੈ ਜੀ, ਆਨਲਾਈਨ 1350 ਰੁਪਏ ਦਾ ਕਵਰ ਹੈ ਜੀ। 1350, 1000 ਰੁਪਇਆ ਮੇਰੇ ਕਨੀਓ ਲੈਸ ਤੁਹਾਨੂੰ ਜੀ, ਬਿਲਕੁਲ ਕੋਈ ਜੇ ਦੇ ਦੇ।
ਇਹ ਵੀ ਵਰਾਇਟੀ ਇਹੋ ਜਿਹੀ ਹੈ। ਉਸ ਤੋਂ ਬਾਅਦ ਤੁਸੀਂ ਆ ਜਾਓ ਕਿਸੇ ਕਾਰ ਚਾਰਜਰ ਈਅਰਫੋਨ ਕੋਈ ਵੀ ਚੀਜ਼ ਲੈਣੀ ਹੈ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਸਾਡੇ ਤੋਂ ਸਮਾਨ ਲੈ ਕੇ ਜਾਓ। ਆਹ ਕੀ ਚੀਜ਼ ਹੈ ਬਾਈ? ਬਾਈ ਇਹ 20 ਵਾਟ ਦਾ ਚਾਰਜਰ ਆ ਗਿਆ ਜੀ, ਦੇਖੋ ਤੁਹਾਨੂੰ 20 ਵਾਟ ਦਾ ਚਾਰਜਰ ਜੀ, ਫਾਸਟ ਚਾਰਜਿੰਗ ਸ਼ੋ ਵੀ ਕਰੂਗਾ। ਆਪਾਂ ERD ਦਾ ਮਾਲ ਵੇਚਦੇ ਹਾਂ ਜੀ, ERD ਦੀ ਡਾਟਾ ਕੇਬਲ ਤੁਹਾਨੂੰ ਮਿਲ ਜੂ 100 ਰੁਪਏ ਦੀ B8, ਜੇ ਫਾਸਟ ਨਾ ਕਰੇ ਤਾਂ ਵਾਪਸ। ERD ਦਾ ਕੋਈ ਵੀ ਡਾਟਾ ਕੇਬਲ ਦਫ਼ਤਰ ਲੈ ਕੇ ਜਾਓਗੇ ਜੇ ਕਿਸੇ ਦੀ ਕੰਪਲੇਂਟ ਆਉਂਦੀ ਹੈ, ਤੁਹਾਨੂੰ ਪੈਸੇ ਵੀ ਵਾਪਸ ਦਿੱਤੇ ਜਾਣਗੇ ਜਿਹੜੀ ਕੰਪਨੀ ਦੀ ਚੀਜ਼ ਕਹਿੰਦੇ ਹੋ ਤੁਸੀਂ। ਜਿਵੇਂ ਕਿ ਆਈਫੋਨ ਦੇ ਕਵਰ ਆ ਗਏ, ਇੱਧਰ ਦੇਖੋ ਜੀ, ਆਹ ਇਹ ਥੋੜ੍ਹੇ ਮਾੜੇ ਜਿਹੇ ਬ੍ਰਾਂਡ ਕਵਰ ਆ ਜਾਂਦੇ ਨੇ, ਜਿਵੇਂ ਜੀ ਪੈਕਿੰਗ ਵਾਲੇ ਕੰਪਨੀ ਦੇ ਆ ਗਏ ਕਿਸੇ ਦੇ ਜੀ। ਦੇਖੋ ਜਿਵੇਂ ਆਹ ਆ ਗਏ, ਕੋਈ 300 ਦਾ, ਕੋਈ 500 ਦਾ, ਕੋਈ ਕਿੰਨੇ ਦਾ, ਦੇਖੋ ਆਈਟਮ। ਆਹ ਹੁਣ ਆਨਲਾਈਨ ਜਿਹੜੀ ਆਹ ਆਈਟਮ ਹੈ ਜੀ, ਦੇਖੋ ਦੇਖੋ ਆਹ ਆਈਟਮ ਹੈ ਜੀ, 1900 ਰੁਪਏ ਦੀ ਆਈਟਮ ਹੈ ਜੀ ਬਾਜ਼ਾਰ ਦੇ ਵਿੱਚ ਆਪਣੇ ਕੋਲ। ਓਨਲੀ 450 ਜੀ, ਬਸ ਓਨਲੀ 450 ਜੀ, ਆਨਲਾਈਨ ਦੇ ਰੇਟ ਨਾਲੋਂ ਬਾਈ ਆਹ ਦੇਖੋ ਤਿੰਗਣਾ ਫਰਕ ਹੈ। ਆਹ ਦੇਖੋ ਜੀ, ਆਹ ਡੱਬੀ ਵਾਲੀਆਂ ਆਈਟਮਾਂ, ਮਤਲਬ ਕਿ ਵਰਾਇਟੀ ਬਹੁਤ ਜ਼ਿਆਦਾ ਹੈ ਜੀ, ਤੁਹਾਨੂੰ ਦਿਖਾ ਨਹੀਂ ਸਕਦਾ, ਬਹੁਤ ਵਰਾਇਟੀ ਨਾਲ, ਵਰਾਇਟੀ ਦੀ ਕੋਈ ਕਮੀ ਨਹੀਂ ਹੈਗੀ ਜੀ। ਦੇਖੋ ਆਹ ਕਾਊਂਟਰ ਤੇ ਤੁਹਾਨੂੰ ਇੱਧਰ ਵੀ ਦਿਖਾ ਦਿੰਦੇ ਆ, ਵਰਾਇਟੀ ਜਿਹੜਾ ਮਰਜ਼ੀ ਕਵਰ ਲਓ, ਜਿਵੇਂ ਮਰਜ਼ੀ ਦਾ ਲਓ। ਦੇਖੋ ਉਸ ਤੋਂ ਬਾਅਦ ਜੀ, ਜਿਵੇਂ ਆਈਫੋਨ ਦਾ ਦਫ਼ਤਰ ਹੈ ਜਾਂ ਸੈਮਸੰਗ ਦਾ ਦਫ਼ਤਰ ਹੈ, ਦੇਖੋ ਓਰੀਜਨਲ ਕਹਿ ਕੇ ਵਿਕਦਾ ਮਾਰਕੀਟ ਦੇ ਵਿੱਚ, ਇਹ ਫਸਟ ਕਾਪੀ ਹੁੰਦਾ ਬਾਜ਼ਾਰ ਦੇ। ਨਹੀਂ ਓਰੀਜਨਲ ਨਹੀਂ ਹੁੰਦਾ ਬਾਈ ਜੀ, ਫਸਟ ਕਾਪੀ ਹੁੰਦਾ। ਲੋਕ ਭੋਲੇ ਨੇ, ਲੋਕਾਂ ਨੂੰ ਠੱਗੀ ਜਾਂਦੇ ਨੇ। ਅੱਛਾ, ਲੋਕ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਕੋਈ ਗਰੀਬ ਬਾਰੇ ਨਹੀਂ ਸੋਚਦਾ ਜੀ, ਉਹਨੂੰ ਹੋਰ ਮਹਿੰਗਾ ਲਾਊਗਾ। ਠੀਕ ਹੈ, ਜਿਵੇਂ ਆਹ ਦੇਖੋ ਇਹ ਚਾਰਜਰ ਹੈ, ਓਨਲੀ 500 ਰੁਪਏ ਦਾ ਦਊਂਗਾ ਜੀ। ਸੈਮਸੰਗ ਦਾ ਚਾਰਜਰ ਪ੍ਰੋਪਰ ਚਾਰਜਿੰਗ ਕਰੂਗਾ, ਕੋਈ ਚੀਜ਼ ਦੀ ਕੰਪਲੇਂਟ ਹੋਵੇ ਮੇਰੀ ਫੁੱਲ ਜ਼ਿੰਮੇਵਾਰੀ ਹੈ। ਮਾਰਕੀਟ ਦੇ ਵਿੱਚ 1200 ਰੁਪਏ ਦਾ ਵੇਚਦੇ ਨੇ ਜੀ, 700-700 ਰੁਪਇਆ ਇਹ ਇੱਕ ਗਾਹਕ ਤੋਂ ਕਮਾਉਂਦੇ ਨੇ ਜੀ। ਲਾ ਲਓ ਹਿਸਾਬ ਤੁਸੀਂ ਕਿੰਨੀ ਕੁ ਜ਼ਿਆਦਾ ਕਮਾਈ ਕਰਦੇ। ਬਾਈ ਤਰਨ, ਐਂ ਦੱਸ ਵੀ ਇੰਨਾ ਸਸਤਾ ਯਾਰ, ਤਿੱਗਣਾ ਚੌਗਣਾ ਸਸਤਾ ਦੇਈ ਜਾ ਰਿਹਾ ਤੂੰ ਬਾਜ਼ਾਰ ਦੇ ਨਾਲੋਂ ਵੀ ਤੇ ਆਨਲਾਈਨ ਨਾਲੋਂ ਵੀ, ਹੈਨਾ? ਕਾਰਨ ਕੀ ਆ ਭਰਾਵਾ? ਬਾਈ ਕਾਰਨ ਦੇਖੋ, ਇੱਧਰ ਦੇਖੋ ਬਾਈ ਜੀ, ਹਾਂ ਤੁਹਾਨੂੰ ਕਵਰਾਂ ਦੇ ਵਿੱਚ ਵਰਾਇਟੀ ਇੰਨੀ ਜ਼ਿਆਦਾ ਸਾਡੇ ਕੋਲੇ ਲੋਟ ਆਉਂਦੇ ਆ। ਠੀਕ ਹੈ, ਸਾਡੇ ਕੋਲ ਲੂਜ਼ ਮਾਲ ਕੋਈ ਨਹੀਂ ਆਉਂਦਾ ਬਾਈ ਜੀ, ਸਾਡੇ ਕੋਲੇ ਬੰਬੇ ਤੋਂ ਲੋਟ ਆਉਂਦੇ ਨੇ ਕਵਰਾਂ ਦੇ ਬੰਦ ਡੱਬੇ। ਉਹਦੇ ਵਿੱਚ ਸਾਨੂੰ ਰੇਟ ਇੰਨਾ ਕੁ ਘੱਟ ਮਿਲ ਜਾਂਦਾ ਵੀ ਅਸੀਂ ਗਾਹਕ ਨੂੰ ਘੱਟ ਦੇ ਸਕੀਏ। ਠੀਕ ਹੈ, ਜਿਹੜੇ ਰੇਟ ਦੁਕਾਨਦਾਰ ਦਿੱਲੀ ਤੋਂ ਸਮਾਨ ਲੈ ਕੇ ਆਉਂਦੇ ਨੇ ਜੀ, ਉਹ ਰੇਟ ਦੁਕਾਨਦਾਰਾਂ ਨੂੰ ਮੈਂ ਇੱਥੇ ਦੇ ਦਿੰਦਾ। ਇੱਥੇ ਲੋਕ ਤਾਂ ਲੈ ਕੇ ਆਉਂਦੇ ਨੇ ਦਿੱਲੀਓ ਸਮਾਨ ਜੀ, ਮੈਂ ਦਿੱਲੀ ERD ਕੰਪਨੀ ਦਾ ਮਾਲ ਭੇਜਦਾ ਜੀ। ਦੇਖੋ ਠੀਕ ਹੈ, ERD ਦਾ ਮਾਲ ਮੈਂ ਦਿੱਲੀ ਭੇਜਦਾ ਜੀ ਵੇਚਣ ਵਾਸਤੇ। ਯਾਨੀ ਕਿ ਦੁਕਾਨਦਾਰ ਨੂੰ ਵੀ ਚਾਹੀਦਾ ਇੱਥੇ ਆ ਜੇ, ਇੱਥੇ ਆ ਜੇ, ਦਿੱਲੀ ਭੱਜਣ ਦੀ ਬਸ ਬਸ ਬਿਲਕੁਲ ਲੋੜ ਨਹੀਂ। ਕਈ ਵਾਰ ਨਵਾਂ ਬੰਦਾ ਲੁੱਟਿਆ ਵੀ ਜਾਂਦਾ ਉੱਥੇ, ਬਿਲਕੁਲ ਲੁੱਟਿਆ ਜਾਂਦਾ ਜੀ। ਇੱਕ ਖਾਸ ਚੀਜ਼ ਦਿਖਾ ਦਈਏ ਤੁਹਾਨੂੰ, ਆ ਜਾਓ ਨੰਗੇ ਹੋ ਬਾਈ ਜੀ, ਆ ਜਾਓ ਆ ਜਾਓ। ਖਾਸ ਚੀਜ਼ ਕੀ ਆ ਬਾਈ ਆਪਣੇ ਕੋਲੇ? ਬਰਨਾਲੇ ਜ਼ਿਲ੍ਹੇ ਦਾ ਇੱਕ ਬਹੁਤ ਘੈਂਟ ਤੋਹਫਾ। ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਮਸ਼ੀਨ ਹੈ ਜੀ, ਮੈਟਾਬੋਲ ਕੰਪਨੀ ਦੀ ਮਸ਼ੀਨ ਹੈ। ਇੰਨੀ ਕੁ ਜ਼ਿਆਦਾ ਘੈਂਟ ਕਟਿੰਗ ਹੈ ਜੀ ਇਹਦੀ, ਪ੍ਰੋਪਰ ਕਟਿੰਗ ਕਰੂਗੀ ਆਈਫੋਨ ਐਂਡਰਾਇਡ, ਜਿਵੇਂ ਕਿ ਏਅਰਪੋਰਟ ਹੋ ਗਏ ਲੈਮੀਨੇਸ਼ਨ ਦੇ ਲਈ, ਆਪਣਾ ਲੈਮੀਨੇਸ਼ਨ ਦਾ ਬਾਈ ਜੀ ਸਪੈਸ਼ਲ ਕੰਮ ਹੈ। ਲੈਮੀਨੇਸ਼ਨ ਆਪਣੇ ਕੋਲ ਆ ਕੇ ਬੰਦਾ ਕਹਿ ਦੂ ਕਰਦੇ 30 ਰੁਪਈਆਂ ਦੀ, ਉਹ ਕੰਮ ਨਹੀਂ ਹੈਗਾ ਜੀ। ਕਿੰਨੇ ਰੁਪਈਆਂ ਦਾ ਸ਼ੁਰੂ ਹੈ? ਸਟੈਂਡਰਡ ਹੈ ਜੀ ਲੈਮੀਨੇਸ਼ਨ, ਆਪਣੇ ਕੋਲ ਬਹੁਤ ਹੀ ਵਧੀਆ ਪੇਪਰ ਦੇ ਵਿੱਚ ਸਟਾਰਟ ਹੈ 100 ਰੁਪਏ ਤੋਂ ਜੀ, 100, 200, 300, 400, 500 ਆਪਣੇ ਕੋਲ 1800 ਰੁਪਏ ਤੱਕ ਲੈਮੀਨੇਸ਼ਨ ਪਈ ਹੈ ਜੀ, 1800 ਰੁਪਏ ਤੱਕ ਮੈਂਬਰਨ ਪਈ ਆਪਣੇ ਕੋਲ। ਆਹ ਦੇਖੋ ਮਸ਼ੀਨ, ਜਿਵੇਂ ਕਿ ਆਹ ਦੇਖੋ ਆਹ ਆ ਗਿਆ,
ਮਸ਼ੀਨ ਦੱਬਤੀ, ਉਸ ਤੋਂ ਬਾਅਦ ਮੈਂ ਦੱਬਤਾ ਮੋਬਾਈਲ ਜੀ, ਆਟੋਮੈਟਿਕ ਵਰਕ। ਹਾਂਜੀ ਹਾਂ, ਉਸ ਤੋਂ ਬਾਅਦ ਦੱਬਤਾ ਆਈਫੋਨ ਜੀ, ਉਸ ਤੋਂ ਬਾਅਦ ਦੱਬਤਾ ਮੋਡਲ ਜੀ, ਮੋਡਲ ਆਈ ਜਾਣਗੇ। ਜੇ ਕਿਸੇ ਨੇ ਆਪਦੇ ਫੋਨ ਦਾ ਪ੍ਰਾਈਵੇਸੀ ਗਲਾਸ ਕਿਸੇ ਨੂੰ ਸ਼ੌਂਕ ਹੁੰਦਾ ਨਹੀਂ ਮਿਲਦਾ, ਟਾਈਮ ਤੇ ਖੜੇ ਖੜੇ ਹੀ 250 ਰੁਪਏ ਦਾ ਪ੍ਰਾਈਵੇਸੀ ਗਲਾਸ ਬਣਾ ਕੇ ਦੇ ਸਕਦਾ ਜੀ ਮੈਂ। ਸ਼ੀਟ ਵਾਲਾ ਮੈਂਬਰਨ ਹੁੰਦੀ ਹੈ ਜਿਹੜੀ, ਉਹ ਕੱਟ ਕੇ ਗਲਾਸ ਬਣਾ ਦਿੰਦੀ ਆ। ਮਤਲਬ ਇਹ ਗੱਲ ਪੱਕੀ ਹੈ ਬਾਈ, ਬਰਨਾਲੇ ਦੀ ਇੱਕੋ ਇੱਕ ਮਸ਼ੀਨ ਇਹੀ ਹੈ। ਬਰਨਾਲੇ ਜ਼ਿਲ੍ਹੇ 'ਚ ਦੂਜੀ ਮਸ਼ੀਨ ਹੋਵੇ ਤਾਂ ਮਾਲਕ ਤੁਸੀਂ ਉਹ, ਮੈਂ ਨਹੀਂ ਹੈਗਾ ਆਪਣੀ ਦੁਕਾਨ ਦਾ ਜੀ। ਬਾਹਲੀ ਵੱਡੀ ਗੱਲ ਕਹਿਤੀ ਭਰਾ। ਆਹ ਦੇਖੋ ਜੀ, ਗਲਾਸ ਲੈਵਨ ਡੀ, ਹੋਰ ਸਾਡੇ ਕੋਲ ਐਂ ਡੱਬੀਆਂ 'ਚ ਮਾਲ ਆਉਂਦਾ ਜੀ, ਅਸੀਂ ਵਧੀਆ ਮਾਲ ਵਰਤਦੇ ਹਾਂ। ਮਤਲਬ ਕਿ ਜਿਹੜਾ ਡੱਬੀਆਂ 'ਚ ਮਾਲ ਹੁੰਦਾ, ਐਂ ਡੱਬੀਆਂ ਆਉਂਦੀਆਂ ਨੇ ਸਾਡੇ ਕੋਲ, ਦੇਖੋ। ਠੀਕ ਹੈ, ਆਹ ਡੱਬੀਆਂ ਦੇਖ ਲਓ ਤੁਸੀਂ, ਅਣਗਿਣਤ ਡੱਬੀਆਂ ਖੁੱਲੀਆਂ ਪਈਆਂ ਨੇ ਸਾਡੇ ਕੋਲ, ਅੱਡੋ ਅੱਡ ਡੱਬੇ ਲੱਗੇ ਹੋਏ ਨੇ, ਕੋਈ ਐਂ ਨਹੀਂ। ਹਰ ਮਾਡਲ ਵਾਸਤੇ ਹਰ ਵਰਾਇਟੀ। ਆਹ ਦੇਖੋ, ਕਵਰ ਤਾਂ ਅਸੀਂ ਥੁੰਨੇ ਪਏ ਨੇ ਜੀ, ਆਹ ਦੇਖੋ ਅਲਮਾਰੀ। ਅਸੀਂ ਤਾਂ ਧੱਕਾ, ਸਾਨੂੰ ਤਾਂ ਐਂ ਹੁੰਦਾ ਵੀ ਕਵਰ ਰੱਖੀਏ ਕਿੱਥੇ। ਦੁਕਾਨ ਤੇ ਮੇਲਾ ਬਾਈ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਫਿਰ? ਮੇਰੇ ਦੁਕਾਨ ਤੇ ਸਵੇਰੇ 8:30 ਹੋਣੇ ਆ ਜੀ, 9 ਵਜੇ ਤਾਂ ਇੱਥੇ ਮੇਲਾ ਲੱਗ ਜਾਂਦਾ ਜੀ, ਸ਼ਾਮ ਨੂੰ 9 ਵਜੇ ਤੱਕ ਲੱਗੇ ਹੀ ਰਹਿੰਦਾ। ਇਹਦੀ ਆਸਾਨ ਜੀ ਲੋਕੇਸ਼ਨ ਕੀ ਆ, ਬੰਦਾ ਆਰਾਮ ਨਾਲ ਪਹੁੰਚ ਜੇ? ਬਾਈ ਆਸਾਨ ਲੋਕੇਸ਼ਨ ਇਹਦੀ ਹੈਗੀ ਆ, ਬੱਸ ਸਟੈਂਡ ਧਨੌਲਾ, ਜਿੱਥੇ ਚੰਡੀਗੜ੍ਹ ਵਾਲੀ ਬੱਸ ਖੜਦੀ ਆ, ਧਨੌਲੇ ਬਿਲਕੁਲ ਸਾਹਮਣੇ ਹੀ ਦੁਕਾਨ ਆਪਣੀ, ਤਰੁਣ ਟੈਲੀਕਾਮ ਧਨੌਲਾ। ਠੀਕ ਹੈ, ਤੁਸੀਂ ਬੱਚੇ ਨੂੰ ਪੁੱਛ ਸਕਦੇ ਹੋ, ਤਰੁਣ ਟੈਲੀਕਾਮ ਧਨੌਲਾ ਇੱਕੋ ਹੀ ਦੁਕਾਨ ਆ ਹੋਲਸੇਲ ਦੀ ਜੀ ਆਪਣੀ। ਮਤਲਬ ਕਿ ਬੱਚੇ ਨੂੰ ਪਤਾ ਜੀ। ਠੀਕ ਹੈ, ਇੱਕ ਲਾਸਟ ਦੇ ਵਿੱਚ ਕੋਈ ਆਫਰ ਹੈਗਾ ਸ਼ੇਅਰ ਕਰਨ ਵਾਲਿਆਂ ਲਈ? ਬਾਈ ਜੀ, ਸ਼ੇਅਰ ਕਰਨ ਵਾਲਿਆਂ ਵਾਸਤੇ ਬਹੁਤ ਹੀ ਵਧੀਆ ਆਫਰ ਕੱਢ ਦਿੱਤੇ ਗਏ ਨੇ ਆਨਲਾਈਨ। ਤੁਹਾਨੂੰ ਸਕਰੀਨ ਸ਼ੋਟ ਪਾ ਕੇ ਦਿਖਾਊਂਗਾ ਵੀ ਦੇਖੋ ਵੀ ਦਿੱਤਾ, ਇਕੱਲਾ ਗੱਲਾਂ ਨਾਲ ਨਹੀਂ ਸਾਥ ਦੇ ਦਵਾਂਗੇ। ਕਿੰਨੇ ਜਾਣਿਆਂ ਨੂੰ? 50 ਜਾਣਿਆਂ ਨੂੰ ਏਅਰਪੋਰਟ ਜੀ, ਜਿਹੜਾ 10 ਜਾਣਿਆਂ ਨੂੰ ਸ਼ੇਅਰ ਕਰੂ ਵੀਡੀਓ। ਕਿਹੜੇ ਏਅਰਪੋਰਟ ਆ ਬਾਈ ਜੀ? ਜਿਹੜੇ ਤੁਹਾਨੂੰ ਪ੍ਰੋ 2 ਦਿਖਾਈ ਸੀ ਏਅਰਪੋਰਟ ਜੀ, ਆਹ ਤਾਂ ਨਹੀਂ ਕਿਤੇ। ਹਾਂਜੀ ਇਹ ਜੀ, ਇਹ ਏਅਰਪੋਰਟ ਬਿਲਕੁਲ ਫ੍ਰੀ 10 ਜਾਣਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ, ਤੇ ਮੇਰਾ ਚੈਨਲ ਫੋਲੋ ਕਰਕੇ ਆਊਗਾ ਤਰੁਣ ਟੈਲੀਕਾਮ ਧਨੌਲਾ। ਠੀਕ ਹੈ, ਉਹਨੂੰ ਬਿਲਕੁਲ ਏਅਰਪੋਰਟ 50 ਜਾਣਿਆਂ ਨੂੰ ਫ੍ਰੀ ਦਿੱਤੇ ਜਾਣਗੇ। 50 ਜਾਣਿਆਂ ਨੂੰ ਨੈੱਕ ਬੈਂਡ ਜਿਹੜਾ ਤੁਹਾਨੂੰ ਦਿਖਾਇਆ ਸੀ ਜੀ ਉਦੋਂ ਮੈਂ, 250 ਰੁਪਏ ਦੇ ਵਿੱਚ ਨੈੱਕ ਬੈਂਡ, 50 ਜਾਣਿਆਂ ਨੂੰ ਨੈੱਕ ਬੈਂਡ ਫ੍ਰੀ ਦਿੱਤਾ ਜਾਊਗਾ ਜੀ। ਲੈ ਬਾਈ ਤਰਨ, ਬਹੁਤ ਬਹੁਤ ਧੰਨਵਾਦ, ਹੰਬ ਗਿਆ ਹੋਵੇਗਾ ਕਿਉਂਕਿ ਵਰਾਇਟੀ ਬਹੁਤ ਜ਼ਿਆਦਾ ਆ। ਇੱਕ ਵਾਰੀ ਬਾਈ ਜੀ ਆ ਕੇ ਦੇਖੋ, ਵਰਾਇਟੀ ਬਹੁਤ ਹੀ ਜ਼ਿਆਦਾ, ਜਿੰਨੀ ਸੋਚ ਕੇ ਆਉਂਗੇ ਨਾ ਉਸ ਤੋਂ ਡਬਲ ਹੈ ਜੀ, ਡਬਲ ਹੈ ਵਰਾਇਟੀ, ਬਹੁਤ ਹੀ ਜ਼ਿਆਦਾ। ਇੱਕ ਵਾਰੀ ਤੁਸੀਂ ਪਲੀਜ਼ ਗੇੜਾ ਲਾਓ, ਚੀਜ਼ ਨਾ ਲਓ, ਇੱਕ ਵਾਰੀ ਆਓ, ਸਾਡਾ ਕੰਮ ਦੇਖ ਕੇ ਜਾਓ, ਰੇਟ ਪਤਾ ਕਰਕੇ ਜਾਓ, ਤੁਹਾਨੂੰ ਰੇਟ ਮਹਿੰਗਾ ਲੱਗਦਾ ਵੀਰ ਜੀ ਨਾ ਲੈ ਕੇ ਜਾਓ। ਸਹੀ ਗੱਲ ਆ, ਇੱਕ ਵਾਰੀ ਆਓ, ਮੌਕਾ ਦਿਓ ਸਾਨੂੰ ਮਾਰਕੀਟ ਦੇ ਵਿੱਚ ਉਤਰਨ ਦਾ। ਬਹੁਤ ਹੀ ਲੋਕਾਂ ਨੂੰ ਤਾਂ ਪਤਾ ਹੈ, ਬਹੁਤ ਹੀ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਹਜੇ ਵੀ ਨਹੀਂ ਪਤਾ, ਜਿਹੜੇ ਬੈਠੇ ਨੇ ਠੱਗ ਬਾਜ਼ਾਰ ਦੇ ਵਿੱਚ, ਤਿੱਗਣਾ ਰੇਟ ਲਾਈ ਜਾਂਦੇ ਨੇ ਲੋਕ, ਉਹਨਾਂ ਨੂੰ ਪੈਸੇ ਦੇ ਕੇ ਆਈ ਜਾਂਦੇ ਨੇ। ਧਨੌਲੇ ਤਰੁਣ ਕੋਲ ਆਓ, ਨਾਲੇ ਆਪਦੇ ਵੀ ਪੈਸੇ ਬਚਾਓ ਜੀ, ਧਨੌਲੇ ਤਰੁਣ ਕੋਲ ਆਓ। ਲਓ ਜੀ, ਬਹੁਤ ਧੰਨਵਾਦ ਬਾਈ। ਓਕੇ ਬਾਈ ਜੀ, ਦੋਸਤੋ ਖਿੱਚ ਲਓ ਕੰਮ, ਮੋਬਾਈਲ ਆਪਾਂ ਸਕਰੀਨ ਤੇ ਨੰਬਰ ਆ ਜਿਹੜਾ ਉਹ ਦੇ ਰਹੇ ਹਾਂ। 100 ਜਾਣਿਆਂ ਨੂੰ ਫ੍ਰੀ ਦਿੱਤੇ ਜਾਣਗੇ ਏਅਰਪੋਰਟ ਤੇ ਨੈੱਕ ਬੈਂਡ ਜੀ, ਜਿਹੜਾ ਬੰਦਾ। ਹਾਂਜੀ ਹਾਂ ਬਿਲਕੁਲ ਜੀ, 100 ਬੰਦਿਆਂ ਨੂੰ। ਲੈ ਵੀ ਠੀਕ ਹੈ ਬਾਈ, ਦੋਸਤੋ ਧੰਨਵਾਦ।